ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਪਤੀ ਸਾਰੇ ਘੈਂਟ ਹੋਵੋਗੇ ਅਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ ਹੋਰ ਨਵੇਂ ਬਲੌਗ ਦੇ ਵਿੱਚ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਹੁਣ ਵਾਢੀ ਦਾ ਟਾਈਮ ਚੱਲਦਾ ਕਣਕ ਦੀ, ਅਤੇ ਆਪਣੀਆਂ ਮਸ਼ੀਨਾਂ ਵੀ ਚੱਲੀ ਜਾਂਦੀਆਂ। ਹੁਣ ਕੰਮ ਥੋੜ੍ਹਾ ਹੀ ਰਹਿ ਗਿਆ 2-3 ਦਿਨਾਂ ਦਾ, ਅਤੇ ਚੱਲਦੇ ਹਾਂ ਮਸ਼ੀਨਾਂ ਕੋਲ, ਦਿਖਾਉਂਦੇ ਹਾਂ ਤੁਹਾਨੂੰ ਕੀ ਮਾਹੌਲ ਆ ਉੱਥੇ। ਚਲੋ ਫਿਰ ਮਿਲਦੇ ਹਾਂ ਤੁਹਾਨੂੰ ਉੱਥੇ ਜਾ ਕੇ। ਉਹ ਵੀ ਨਹਿਰ 'ਚ ਆ ਗਏ ਸੀ ਆਪਾਂ, ਮਸ਼ੀਨ ਆਪਣੀ ਖੜ੍ਹੀ ਸੀ ਇੱਥੇ, ਅਤੇ ਆਹ ਖੜ੍ਹੀ ਆ ਮਸ਼ੀਨ ਆਪਣੀ ਨਹਿਰ 'ਤੇ। ਹਾਂ ਚੱਲਦੇ ਆ ਵੱਢਣ ਗੁਆਂਢੀਆਂ ਦੇ, ਅਤੇ ਆਹ ਆਪਣਾ ਟਰੈਕਟਰ ਇੱਕ, ਉਹਨਾਂ ਦਾ ਗੇੜਾ ਲਾਉਣਾ ਆਪਾਂ ਟਰੈਕਟਰ ਨਾਲ, ਐਨ ਖੇਤ ਜਾ ਕੇ ਮਿਲਦੇ ਹਾਂ ਹੁਣ। ਚੱਲੀ ਜਾਂਦੀ ਆ ਮਸ਼ੀਨ ਆਪਣੀ, ਵੱਢੀ ਜਾਂਦੇ ਆ ਉੱਧਰ ਕਣਕ। ਅਤੇ ਆਪਾਂ ਬੈਠੇ ਇੱਧਰ ਟਰੈਕਟਰ 'ਤੇ, ਧੁੱਪ ਬਹੁਤ ਅੱਜ, ਅਤੇ ਕੱਲ੍ਹ ਸ਼ਾਮ ਨੂੰ ਤਾਂ ਮੀਂਹ ਪੈ ਗਿਆ ਸੀ, ਫਿਰ ਕੰਮ ਰੁਕ ਗਿਆ ਸੀਗਾ, ਹੁਣ ਚੱਲਿਆ ਅੱਜ। ਰੋਜ਼ ਸ਼ਾਮ ਨੂੰ ਮੀਂਹ ਆ ਜਾਂਦਾ, ਰਾਤ ਨੂੰ ਖੜ੍ਹ ਜਾਂਦਾ ਸੀ ਕੰਮ, ਚੱਲਿਆ ਵਧੀਆ। ਧੁੱਪ ਨਿਕਲੀ ਆ ਅੱਜ ਪੂਰੀ, ਕੁੜੀ ਵਾਲਿਆਂ ਵੀ ਚੱਲੀ ਜਾਂਦੀਆਂ ਉੱਥੇ, ਇੱਧਰ ਆਪਣੀ ਲਓ ਵੀ ਮਸ਼ੀਨ ਖੜ ਗਈ ਆਪਣੀ, ਵਿੱਚ ਕੁੱਤਾ ਆ ਗਿਆ ਮਸ਼ੀਨ ਦੇ, ਮਸ਼ੀਨ ਚੋਕ ਕਰਤੀ, ਵਿੱਚ ਕੁੱਤਾ ਸੁੱਤਾ ਪਿਆ ਸੀ ਤੇ ਪਤਾ ਨੀ ਮਰਿਆ ਪਿਆ ਸੀ। ਹੁਣ ਦੇਖਦੇ ਆ ਕੀ ਪ੍ਰੋਜੈਕਟ ਆ। ਕੁੱਤਾ ਤਾਜ਼ਾ ਜੀ, ਕੁੱਤਾ ਤਾਜ਼ਾ ਹੀ ਹੁੰਦਾ, ਬੇਹਾ ਕਿਹੜਾ ਹੁੰਦਾ। ਕੰਮ ਖੜ ਗਿਆ, ਚੋਕ ਹੋ ਗਈ, ਟਰਨ ਨਹੀਂ ਘੁੰਮਦਾ, ਟੁੱਟ ਗਈ ਕੁੱਤਾ ਕਹਿਣ ਦੇ। ਗਿਆਨੀ ਦੇ ਕੰਮ ਆ ਸਾਰੇ, ਗਿਆਨੀ ਦੇ ਕੁੱਤੇ ਰੱਖੇ ਹੁਣ ਤਾਂ ਚੜ ਗਿਆ, ਕੰਮ ਲੋਡ ਨੀ ਆਉਂਦਾ, ਸਾਰਾ ਡਰਮ ਚੋਕ ਕਰਤਾ, ਮਸ਼ੀਨ ਨੀ ਤੋਰਦੀ ਕੁੱਤੇ ਨੇ, ਵਿੱਚ ਫਸ ਗਿਆ, ਇੱਥੇ ਪਿਆ ਸੀ ਚੋਬਰ। ਕਿਉਂ ਚੋਬਰਾ, ਰੱਖਿਆ ਸਮਾਨ ਚੱਕਦੇ ਆ ਇਹਦਾ, ਆਇਆ ਨੀ ਬਹੁਤ ਵੀ, ਮੂਹਰੋਂ ਆਪਣਾ ਨਿਕਲ ਗਿਆ, ਮੂਹਰੋਂ ਤਾਂ ਚੱਲ ਪਿਆ ਅਤੇ ਮਗਰ ਨਹੀਂ ਆਇਆ ਅਜੇ ਕੁੱਤਾ। ਡਰੰਮ ਚੋਂ ਤਾਂ ਨਿਕਲ ਗਿਆ ਕੁੱਤਾ, ਪਰ ਆਇਆ ਨਹੀਂ ਅਜੇ। ਕੋਈ ਚੱਲ ਗਈ ਮਸ਼ੀਨ ਆਪਣੀ, ਹੁਣ ਮਸਾਂ ਕੱਢਿਆ, 2 ਘੰਟੇ ਖਰਾਬ ਹੋ ਗਏ, ਹੁਣ ਚੱਲੀ ਗਿਆ। ਬਹੁਤ
ਹਵਾ ਬਹੁਤ ਚੱਲਦੀ ਆ ਤੇਜ਼ ਅੱਜ ਪੂਰੀ ਅਤੇ ਗਰਦਾ ਅੜਦਾ ਪੂਰਾ ਕਣਕ 'ਚ ਅਤੇ ਹੁਣ ਆ ਗਏ ਜੀ ਆਪਾਂ ਇੱਧਰ ਟਰੈਕਟਰ ਵੀ ਆਪਾਂ ਬਦਲਤਾ ਹੁਣ ਹੋਰ ਲਿਆਂਦਾ ਕਣਕਾਂ ਡਿੱਗੀ ਜਾਂਦੀਆਂ ਸਾਰੀਆਂ ਮਸ਼ੀਨ ਤੁਰਦੀ ਨਹੀਂ ਹੌਲੀ ਹੌਲੀ ਤੁਰਦੀ ਆ ਉੱਤੋਂ ਇੰਨਾ ਕਰਦਾ ਅਤੇ ਆਪਾਂ ਟਰੈਕਟਰ ਵੀ ਹੋਰ ਲਿਆਂਦਾ ਸੀਗਾ ਅਤੇ ਇਹ ਤਾਂ ਹੁਣ ਟੈਕਲ ਵਾ ਕੇ ਲਿਆਵਾਂਗੇ ਝੋਨੇ ਤੋਂ ਪਹਿਲਾਂ ਲਾਹਤਾ ਸੀ ਅੱਗੇ ਸੀਗਾ ਇੱਥੇ ਵੱਢਦਾ ਵੱਢਦਾ ਆਪਾਂ ਇੱਥੇ ਜਾਣਾ ਹੁਣ ਆਪਾਂ ਜਾਣਾ ਹੋਰ ਕਿਸੇ 'ਤੇ ਅਤੇ ਆਪਣਾ ਟਰੈਕਟਰ ਆ ਮੰਡੀ ਜਿਹਨਾਂ ਦੀ ਕਣਕ ਲਾ ਕੇ ਇਹਨੂੰ ਕਢਾ ਦਾਂਗੇ ਘਰੇ ਉੱਧਰ ਦਾਣੇ ਪਈ ਜਾਂਦੇ ਆ ਮੰਡੀ ਜਾ ਕੇ ਆਪਾਂ ਲਾ ਤੀ ਟਰਾਲੀ ਦੀ ਲਾਈ ਜਾਂਦੇ ਲੈਫਟ ਚੱਕ ਦੀ ਨਹੀਂ ਜੈਕ ਕੱਟ ਗਿਆ ਸੀ ਇਹਦਾ ਦੋ ਵੀ ਟਰਾਲੀ ਲਾਹ ਤੀ ਆਉਣਾ ਆਪਾਂ ਚੱਲਿਆ ਘਰ ਨੂੰ ਇੱਧਰ ਮੰਡੀ ਆ ਸਾਰੀ ਮੰਡੀ ਬਹੁਤ ਵੱਡੀ ਆ ਸਾਡੇ ਪਿੰਡ ਦੀ